ਤੁਸੀਂ ਇਹਨਾਂ ਤੇਲ ਨਾ ਲਾਇਆ ਕਰੋ ਤੁਸੀਂ ਮੈਨੂੰ ਚਿਪਕੂ ਬਣਾ ਦਿੰਦੇ ਹੋ ਬੇਟਾ ਤੇਲ ਲਾਣ ਨਾਲ ਹੀ ਦਿਮਾਗ ਮਜ਼ਬੂਤ ਹੋਏਗਾ ਮਸਾਜ ਜ਼ਰੂਰੀ ਹੁੰਦੀ ਏ ਤੇ ਮਸਾਜ ਸੁੱਕੇ ਸਿਰ ਦੀ ਥੋੜੀ ਕਰਨੀ ਏ ਤੇਲ ਲਾ ਕੇ ਕਰਨੀ ਏ ਨਾ ਤੂੰ ਆਰਾਮ ਨਾਲ ਮਸਾਜ ਕਰਵਾ ਓਕੇ ਮੰਮਾ ਜੀ ਮੈਨੂੰ ਮੇਰੇ ਸਾਰੇ ਫਰੈਂਡਸ ਚਿਪਕੂ ਚਿਪਕੂ ਬੋਲਦੇ ਰਹਿੰਦੇ ਨੇ ਉਹ ਕੱਟ ਤੁਸੀਂ ਇਹਨਾਂ ਤੇਲ ਤੇ ਲਾ ਦਿੰਦੇ ਹੋ ਚਲ ਕੋਈ ਨਹੀਂ ਅੱਗੇ ਤੋਂ ਮੈਂ ਘੱਟ ਲਾ ਦਾਂਗਾ ਠੀਕ ਏ ਮੈਂ ਤੁਹਾਨੂੰ ਇਹ ਗੱਲ ਦੱਸਣਾ ਤੇ ਭੁੱਲ ਗਈ ਦੱਸੋ ਅੱਜ ਮੇਰੇ ਇੱਕ ਫਰੈਂਡ ਨੇ ਵੀ ਆਣਾ ਘਰ ਸਾਡੇ ਬਹੁਤ ਦਿਨਾਂ ਬਾਅਦ ਆਣਾ ਉਹਨੇ ਠੀਕ ਏ ਜੀ ਆਣ ਦੋ ਫਿਰ ਤੇ ਨਾ ਉਹ ਥੋੜੀ ਆਕੜ ਵੀ ਰੱਖਦੀ ਥੋੜੀ ਨਖਰੇ ਵਾਲੀ ਏ ਤੇ ਧਿਆਨ ਰੱਖਿਓ ਬਸ ਕੋਈ ਗੱਲ ਨਹੀਂ ਬੇਟਾ ਕੋਈ ਗੱਲ ਨਹੀਂ ਐਦਾਂ ਨਹੀਂ ਆਖੀਦਾ ਹੁੰਦਾ ਠੀਕ ਏ ਠੀਕ ਏ ਹੈਲੋ ਗੁਰਸੀਰਤ ਹੈਲੋ ਹਾਊ ਆਰ ਯੂ ਆਮ ਫਾਈਨ ਜੀ ਬੈਠੋ ਥੈਂਕ ਯੂ ਹੋਰ ਕੀ ਕਰਦੇ ਨੇ ਅੱਜ ਕੱਲ ਮੈਂ ਬਸ ਜਿਮ ਕਦੀ ਸ਼ਾਪਿੰਗ ਕਦੀ ਟਰੈਵਲਿੰਗ ਤੁਸੀਂ ਦੱਸੋ ਕੁਛ ਨਹੀਂ ਬਸ ਅਸੀਂ ਵੀ ਪੜ੍ਹਾਈਆਂ 'ਚ ਬਿਜ਼ੀ ਹਾਂ ਅਤੇ ਘਰ ਦੇ ਕੰਮਾਂ 'ਚ ਅੱਜ ਤਾਂ ਤੂੰ ਬੜੀ ਸੋਹਣੀ ਲੱਗ ਰਹੀ ਹੈ ਬੜੀ ਮਾਡਰਨ ਹੋ ਗਈ ਹੈ ਬਸ ਫਿਰ ਇੱਦਾਂ ਹੀ ਆ ਮੈਂ ਆਪਣੇ ਲੁੱਕਸ ਨਾਲ ਕਦੇ ਕੰਪਰੋਮਾਈਜ਼ ਨਹੀਂ ਕਰਦੀ ਐਂਡ ਆਈ ਲਵ ਮਾਈ ਹੇਅਰ ਵਧੀਆ ਇੱਕ ਮਿੰਟ ਮੰਮਾ ਮੇਰੀ ਫਰੈਂਡ ਆ ਗਈ ਹੈ ਪਾਣੀ ਲੈ ਕੇ ਆਓ ਆਈ ਬੇਟਾ ਹੋਰ ਘਰ ਸਭ ਠੀਕ ਨੇ ਹਾਂਜੀ ਸਾਰੇ ਠੀਕ ਨੇ ਤੁਹਾਡੀ ਘਰ ਸਭ ਠੀਕ ਹੈ ਹਾਂਜੀ ਹਾਂਜੀ ਵਧੀਆ ਹੋਰ ਦੱਸੋ ਕੀ ਦੱਸੀ ਹੈ ਬਸ ਵਧੀਆ ਹੈਲੋ ਆਂਟੀ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਬੇਟਾ ਤੁਸੀਂ ਦੱਸੋ ਬਸ ਵਧੀਆ ਹੋਰ ਘਰ ਸਭ ਠੀਕ ਹੈ ਹਾਂਜੀ ਸਭ ਵਧੀਆ ਚਲੋ ਤੁਸੀਂ ਬੈਠ ਕੇ ਗੱਲਾਂ ਕਰੋ ਪਾਣੀ ਲਵੋ ਨਹੀਂ ਨਹੀਂ ਆਂਟੀ ਥੈਂਕ ਯੂ ਮੈਂ ਮਿਨਰਲ ਵਾਟਰ ਪੀਨੀ ਆ ਓਹੋ ਬੇਟਾ ਅਸੀਂ ਵੀ ਇਹੀ ਪਾਣੀ ਪੀਨੇ ਆ ਅੱਜ ਸਿੰਪਲ ਪਾਣੀ ਪੀ ਕੇ ਵੇਖ ਲਓ ਕੋਈ ਨਹੀਂ ਥੈਂਕ ਯੂ ਚਲੋ ਤੁਸੀਂ ਬੈਠੋ ਮੈਂ ਕੁਝ ਖਾਣ ਲਈ ਲੈ ਕੇ ਆਨੀ ਆ ਠੀਕ ਹੈ हेलो सत श्री अकाल किवें मैं खुशी मैं भी ठीक हाँ चल मैं तेनों बस च फोन करती हाँ हाले मैं ना थोड़ी ना घर च बिजी हाँ बाय ओहो गुरसीरत तेरे को हल तक आईफोन है 3 साल तो देखो मैनू तो मेरे पापा ने iPhone 13 लैके दिता है तो प्रोमिस किया है कि जिदन भी 14 लॉन्च होएगा मैनू 14 मिल जाएगा ਤੇਰੀਆਂ ਤੇ ਮੋਜਾਂ ਹੀ ਮੋਜਾਂ ਨੇ ਬਸ ਫਿਰ ਮੇਰੇ ਪਾਪਾ ਤਾਂ ਮੈਨੂੰ ਬਹੁਤ ਪਿਆਰ ਕਰਦੇ ਆ ਜੋ ਵੀ ਮੰਗਣ ਲੈ ਦਿੰਦੇ ਨੇ ਵਾਹ ਤੇਰੇ ਕੋਲ ਤੇ ਬੜਾ ਸੋਹਣਾ ਬੈਗ ਹੈ ਗੁੱਚੀ ਦਾ ਹੈ ਮੇਰੀ ਮੰਮਾ ਨੇ ਗਿਫਟ ਕੀਤਾ ਮੇਰੇ ਬਰਥਡੇ ਤੇ ਬੜਾ ਸੋਹਣਾ ਬੈਗ ਹੈ ਥੈਂਕ ਯੂ ਤੇ ਤੂੰ ਕੀ ਆ ਘਰ ਦੇ ਹੱਲੇ ਤੱਕ ਸਿੱਤੇ ਹੋਏ ਕੱਪੜੇ ਪਾਣੀ ਹੈ ਮੇਰੇ ਤਰ੍ਹਾਂ ਦੇਖ ਬ੍ਰਾਂਡਡ ਪਾਇਆ ਕਰ ਮੇਰੀ ਮੰਮਾ ਮੈਨੂੰ ਪਿਆਰ ਨਾਲ ਸੀ ਕੇ ਦਿੰਦੇ ਨੇ ਉਹਦੀ ਸੋਹਣੀ ਸੋਹਣੀ ਫਰੋਕਸ ਤੇ ਮੈਂ ਵੀ ਪਿਆਰ ਨਾਲ ਪਾਉਂਦੀ ਹਾਂ ਓਕੇ ਆ ਦੇਖ ਮੇਰੇ ਸੈਂਡਲ ਮੇਰੇ ਮੰਮਾ ਨੇ ਸਪੈਸ਼ਲੀ ਪੈਰਿਸ ਤੋਂ ਮੰਗਵਾਏ ਆ ਆ ਦੇਖੋ ਮੇਰੀ ਅਸੈਸਰੀ ਜੋ ਕਿ ਮੈਂ ਆਨਲਾਈਨ ਹਮੇਸ਼ਾ ਲੈਂਦੀ ਹਾਂ ਅਤੇ ਆ ਦੇਖੋ ਮੇਰੇ ਗੋਗਲਸ ਦੱਸੋਗੇ ਕਿੰਨੇ ਦੇ ਹੋਣਗੇ ਪਤਾ ਨਹੀਂ ਆ ਇਕੱਲੇ 20,000 ਦੇ ਨੇ ਰੇਬਨ ਦੇ ਨੇ ਰੇਬਨ ਦੇ ਇੰਨੀ ਤਾਂ ਮੇਰੇ ਪਾਪਾ ਦੀ ਸੈਲਰੀ ਹੁੰਦੀ ਹੈ ਅਸੀਂ ਨਹੀਂ ਇੰਨਾ ਖਰਚਾ ਕਰਦੇ ਓਹੋ ਮੈਂ ਟਾਈਮ ਤਾਂ ਦੇਖਿਆ ਹੀ ਨਹੀਂ ਮੇਰਾ ਜਿਮ ਦਾ ਟਾਈਮ ਹੋ ਗਿਆ ਵਾਹ ਤੇਰੀ ਤਾਂ ਵਾਚ ਬੜੀ ਸੋਹਣੀ ਹੈ ਫਿਰ ਮੇਰੇ ਪਾਪਾ ਨੇ ਲੈ ਕੇ ਦਿੱਤੀ ਆ ਓਕੇ ਚੱਲਦੀ ਆ ਫਿਰ ਮਿਲਾਂਗੇ ਮੰਮਾ ਨੇ ਖਾਣਾ ਵੀ ਤੇ ਬਣਾਇਆ ਸੀ ਓ ਕੋਈ ਗੱਲ ਨਹੀਂ ਮੈਂ ਨਾ ਆਪਣੀ ਫਿਟਨੈਸ ਨੂੰ ਬਹੁਤ ਮੇਨਟੇਨ ਕਰਕੇ ਰੱਖਦੀ ਆ ਫਿਰ ਕਦੀ ਆਵਾਂਗੇ ਓਕੇ ਬਾਏ 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 ਥੈਂਕ ਯੂ ਮੰਮਾ ਜੀ ਹਾਂਜੀ ਬੇਟਾ ਚਾਂਦੀ ਤੇ ਚੱਲੀ ਵੀ ਗਈ ਕਿੱਥੇ ਜਿਮ ਜਾਣਾ ਸੀ ਉਹਨੇ ਓਹੋ ਰੋਟੀ ਤੇ ਖਾ ਜਾਂਦੀ ਚਲੋ ਕੋਈ ਨਹੀਂ ਮੈਂ ਹੁਣ ਖਾਣਾ ਤਿਆਰ ਕੀਤਾ ਪਿਆ ਸੀ ਕੋਈ ਗੱਲ ਨਹੀਂ ਚਲੋ ਮੈਂ ਪੜ੍ਹ ਲਾ ਜਾ ਕੇ ਠੀਕ ਹੈ ਮੈਂ ਆਵਾਜ਼ ਮਾਰਾਂਗੀ ਫਿਰ ਰੋਟੀ ਖਾ ਲਿਓ ਆ ਕੇ ਠੀਕ ਹੈ ਠੀਕ ਹੈ ਗੁੱਚੀ ਦਾ ਹੈ ਮੇਰੀ ਮੰਮਾ ਨੇ ਗਿਫਟ ਕੀਤਾ ਮੇਰੇ ਬਰਥਡੇ ਤੇ ਬੜਾ ਸੋਹਣਾ ਬੈਗ ਹੈ ਥੈਂਕ ਯੂ ਤੇ ਤੂੰ ਕੀ ਆ ਘਰ ਦੇ ਹੱਲੇ ਤੱਕ ਸਿੱਤੇ ਹੋਏ ਕੱਪੜੇ ਪਾਣੀ ਹੈ ਮੇਰੇ ਤਰ੍ਹਾਂ ਦੇਖ ਬ੍ਰਾਂਡਡ ਪਾਇਆ ਕਰ ਆ ਦੇਖ ਮੇਰੇ ਸੈਂਡਲ ਮੇਰੇ ਮੰਮਾ ਨੇ ਸਪੈਸ਼ਲੀ ਪੈਰਿਸ ਤੋਂ ਮੰਗਵਾਏ ਆ ਆ ਦੇਖੋ ਮੇਰੀ ਅਸੈਸਰੀ ਜੋ ਕਿ ਮੈਂ ਆਨਲਾਈਨ ਹਮੇਸ਼ਾ ਲੈਂਦੀ ਹਾਂ ਤੇ ਆ ਦੇਖੋ ਮੇਰੇ ਗੋਗਲਸ ਦੱਸੋਗੇ ਕਿੰਨੇ ਦੇ ਹੋਣਗੇ ਪਤਾ ਨਹੀਂ
मम्मा जी आज मेरा दिल नहीं कर रहा रोटी खाने का। मैं दस मेरे बेटा की हाल हुई जदों दी चांदनी गई है तो उदों दी सैड सैड लगन दी मैनू। मम्मा जी तुसी चांदनी दा पर्स वेख्या सी ना? हाँ बेटा मैं देखिया सी। ओदे सैंडल्स ओदे कपड़े ओदे को सारिया चीजा ब्रांडेड ने। मेरा भी सुपना है कि मैं भी ओदे वर्गी ब्रांडेड कपड़े सैंडल्स ते पर्स लवां। मेरा भी बड़ा दिल करता मम्मा जी। कोई गल नहीं बेटा लै दांगे आपां इह तुहानूं ठीक है। इदां उदास नहीं होना हैगा ठीक है। मम्मा तुहानूं इक गल दस्सां? दस्सो बेटा। चांदनी कोल पता केड़ा फोन सी? केड़ा फोन सी? ओदे कोल सी आईफोन 13। अच्छा जी ओदे च की खास गल है? ओदा रेट पता किन्ना है? किन्ना? 1 लाख तो भी ज्यादा ओदा रेट। इतना महंगा फोन? ते मैं होए 3 सालों तो आई टूटा फूटा फोन यूज करी जानी पई हां। हुन तेरे कहन दा की मतलब? हुन ते नवा फोन लेके दईए? हां जी नवा फोन बेटा नहीं ले सकते आपा ठीक है ना। असि एने जोगी कोई नहीं है कि हुन ते नवा फोन लेके दईए। फोन ते गल ही करनी हुंदी है ना। गल हो जांदी चंगी भली इस फोन ते ठीक है। स्कूल दा होमवर्क आना हुंदा है ना आ जांदा इस फोन ते ठीक है। होर फोन नहीं मिलना हैगा ਇਹ ਠੀਕ ਹੈ। ਮਮਾ ਪਲੀਜ਼ ਨਵਾਂ ਫੋਨ ਦਵਾ ਦੋ ਮੈਂ ਨਹੀਂ ਰੋਟੀ ਖਾਂਦੀ। ਇਹ ਚੱਕਰ ਨਹੀਂ ਚੱਲਣਾ ਹੈਗਾ ਤੇਰਾ ਠੀਕ ਹੈ ਨਾ। ਰੋਟੀ ਖਾ ਤੇ ਭਾਵੇਂ ਨਾ ਖਾ ਫੋਨ ਹੋਰ ਕੋਨੀਓ ਮਿਲਣਾ ਹੈਗਾ। ਪਲੀਜ਼ ਲੈ ਦੋ ਨਵਾਂ ਫੋਨ। ਆਪਣੇ ਪਾਪਾ ਤੋਂ ਹੀ ਮੰਗੀ ਜਦੋਂ ਆਣਗੇ ਠੀਕ ਹੈ ਨਾ। ਸਾਨੂੰ ਨਹੀਂ ਵਾਰਾ ਖਾਂਦਾ ਹੈਗਾ ਇਹ ਕੰਮ। ਇਸ ਕੁੜੀ ਨੇ ਨਾ ਬਸ ਦਿਮਾਗ ਖਰਾਬ ਕੀਤਾ ਪਿਆ। ਇਹਨੇ ਪਾਪਾ ਨੂੰ ਦੱਸਣੀ ਆ ਫੋਨ ਕਰਕੇ। ਮਨਿੰਦਰ ਦਾ ਫੋਨ? ਹੈਲੋ ਹੈਲੋ। ਹਾਂਜੀ ਕਦੋਂ ਕੋ ਘਰ ਆਓਗੇ ਤੁਸੀਂ? ਮੈਂ ਥੋੜਾ ਟਾਈਮ ਲੱਗੇਗਾ। ਦੱਸੋ ਕੀ ਗੱਲ ਹੋਈ ਹੈ? ਅੱਜ ਦੀ ਸਹੇਲੀ ਘਰ ਆਈ ਸੀ ਤੇ ਉਹਦੇ ਬ੍ਰਾਂਡਡ ਕੱਪੜੇ ਤੇ ਉਹਦਾ ਫੋਨ ਵੇਖ ਕੇ ਹੁਣ ਪਵਾੜਾ ਪਾ ਕੇ ਬੈਠੀ। ਮੈਨੂੰ ਵੀ ਲੈ ਕੇ ਦੋ। ਬੱਚਿਆਂ ਦਾ ਵੀ ਨਾ ਬਸ ਬਿਨਾਂ ਮਤਲਬ ਤੋਂ ਜਿੱਦ ਕਰ ਲੈਂਦੇ ਨੇ ਕਿਸੇ ਨਾ ਕਿਸੇ ਚੀਜ਼ ਦੀ। ਆਪਣਾ ਸਿਸਟਮ ਵੀ ਤੇ ਵੇਖਣਾ ਪੈਂਦਾ ਹੈ ਨਾ। ਤੁਸੀਂ ਜਲਦੀ ਆ ਜਾਓ। ਬੜੀ ਮਰ ਜਾਣੀ ਹੈ ਯਾਰ ਕੁੜੀ ਨਾ। ਚੱਲ ਮੈਂ ਆਉਣਾ ਫਿਰ ਘਰ ਆ ਕੇ ਫਿਰ ਵੇਖ ਕਰਨਾ ਗੱਲ ਮੈਂ ਆਪੀ ਸੀਸ ਨਾਲ ਠੀਕ ਹੈ। ਬਾਕੀ ਟੈਨਸ਼ਨ ਨਹੀਂ ਕੋਈ ਗੱਲ ਨਹੀਂ ਮੈਂ ਆਉਣਾ। ਓਕੇ ਓਕੇ ਬਾਏ। ਓਕੇ पानी लिया फटाफट बड़ी गर्मी है अज। पते ठीक है ना? बिलकुल स्टडी कर ली। गुड बेबी। पते पानी पीना है कि लेके आए हो? ਲਿਆਂਦਾ ਕੁਛ। ਬੜੇ ਸੋਹਣੇ ਕੱਪੜੇ ਨੇ ਬੱਚਿਆਂ ਵਾਸਤੇ। ਬਿਲਕੁਲ ਬੱਚਿਆਂ ਬੱਚੇ ਖੁਸ਼ ਹੋ ਜਾਣਗੇ। ਸਿਹਤ ਕਿੱਧਰ ਗਈ? ਸਿਹਤ ਅੰਦਰ ਬੈਠੀ ਹੈ ਰੁੱਸ ਕੇ। ਕਾਫੀ ਮਹਿੰਗੇ ਲੱਗ ਰਹੇ ਨੇ। ਬੱਚਿਆਂ ਲਈ ਕਰਨਾ ਪੈਂਦਾ ਸਾਰਾ ਕੁਛ। ਕੋਈ ਉਹ ਤੇ ਅੰਦਰ ਰੁੱਸ ਕੇ ਬੈਠੀ ਹੈ ਸਾਰਾ ਕੁਛ। ਕਤੋਂ ਹੋ ਕੀ ਆ ਜਾਣਾ ਤੁਸੀਂ ਆਪ ਹੀ ਪੁੱਛੋ ਚੱਲ ਕੇ। ਚਲ ਫਤੇ ਸਰਦੀ ਨੂੰ ਮਨਾਜੀ ਚੱਲ ਕੇ। ਸਰਦੀ ਸਾਡੀ ਕੁੜੀ ਬੜੀ ਟੋਪ ਵੀ ਵੇਖੋ ਬੈਨਟਨ ਦੀ ਏ। ਵਾਓ ਪਾਪਾ ਤੇ ਬੜੀ ਸੋਹਣੀ। ਵਾਓ ਇੱਕ ਹੋਰ ਕੁਛ ਨਾ ਮੇਰੇ ਬੱਚੂ।
पापा जी मेरा सपना सी ब्रांडेड कपड़े पहनता तुसी मेरे सपना पूरा करते वे ऐ फतेह वास्ते वे बैन बैन भी निकरे हाफ पैंट खुश हो गया ना मेरे बच्चों थैंक यू पापा तुसी आज मेरे सपना पूरा करता बेटा मां-प्यो अपने बच्चों ਲਈ सारा कुछ करने की कोशिश करते ने बेटा मैं तुम्हें एक गल भी समझानी सी दोवां नु कोई भी मां प्यो कदी ए नहीं चाहता कि ओदा बच्चा माड़ा खाए माड़ा पाए हर मां प्यो अपनी हैसियत तो ज्यादा करन दी कोशिश करदा अपने बच्चों लई हमेशा बेटा रब ने दुनिया ते कई तरह दे लोग बनाए ने अमीर भी ने गरीब भी ने कदी किसी अमीर नू वेख के मन नहीं ललचाईदा ते कदी भी किसी गरीब नू वेख के ओदा मजाक नहीं उड़ाईदा बेटा वह भी लोग ने जिहड़े सड़कां ते सुत्ते ने उहनां नू सौण लई बिस्तरा नहीं हैगा खाने लिए एक टाइम की रोटी नहीं हैगी वह भी खुश ने अपनी जिंदगी तो सानू वाहगुरु ने इन्ना कुछ दिता असी फिर भी नहीं रजते है ना साड़िया बड़िया इच्छावान ने असी आ भी करिए आ भी करिए पर चलो जो वाहगुरु सानू देंदा ओदे च सानू हमेशा खुश रहना चाहिए बेटा सानू रब ने दो हाथ दिते ने पैर दिते ने सही सलामत एक शरीर दिता असी अपनी मेहनत करके कमा के खा सकते हैं वह भी लोग ने जिन्हों को हाथ पैर नहीं है वह भी अपनी जिंदगी जी रहे तुसी बच्चे हो पढ़ो वधिया पढ़ाई करो वड्डे अफसर बनो फिर अपने सारे सपने पूरे करिया जी ब्रांडेड कपड़े वड्डे मकान गड्डियां तुसी अपनी मेहनत ना सब कुछ ले सकते हो बेटा मेहनत करो जिंदगी बड़ी अगे तक जाओगे पापा जी हुण मैनूं समझ लग गई है हुण मैं कोई जिद नहीं करांगी जिन्ना चिर तक मेरा फोन चलेगा मैं उन्ना चिर तक उन्हें यूज करांगी सियाना बच्चा वेरी गुड हमेशा अपने माता पिता का कहना मनी दा ते सियाने बच्चे बनी दा रीस नहीं करी दी ते जिद नहीं कदी भी करी दी ठीक है ना सत श्री अकाल जी सारिआं नूं की हाल चाल तुहाडे सारिआं दे तुहाडे सारिआं दा स्वागत आ साडे YouTube चैनल गुरसीरत चीमा ते सो अज असीं एक निक्की जी कोशिश कीती आ उम्मीद करदे आ तुहानूं इह साडी जिहड़ी मोरल स्टोरी है इह तुहानूं पसंद आई होएगी सो इस स्टोरी दे विच अज जिहड़ा गुरसीरत दी फ्रेंड दा जिहड़ा रोल कीता उह चांदनी दीदी गुरसीरत दी उन्हें बड़ा ही वधिया रोल किया है सानू उहदी एक्टिंग बहुत पसंद आई ते तुसी भी कमेंट करके जरूर दस्यो कि तुहानू चांदनी दी एक्टिंग किदां दी लगी ते साडी जिहड़ी स्टोरी है उहदे बारे भी अपने कमेंट जरूर दिओ असी कोशिश करते रहांगे कि तुहानू छोटी छोटियां आपां जिहड़ियां भी अपनियां मोरल स्टोरियां दे राहीं बच्चियां नू शिक्षा देण दी कोशिश करिए ताकि आपां सारे मिलजुल के अपना एक वधिया समाजिक जीवन सोहना जीवन बतीत करन बच्चों नू वधिया शिक्षा मिले सो उम्मीद करदे आं तुहानू पसंद जरूर आई होएगी कमेंट करके जरूर दस्यो वीडियो नू लाइक करना ना भुल्यो फ्रेंड्स असीं तुहानू मिलदे आं अपनी नेक्स्ट वीडियो च बाय 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 गाइस